ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜੀ ਕਰੋਨਾ ਵਾਇਰਸ ਦੀ ਨਾਮਰਾਤ ਬਿਮਾਰੀ ਸਾਡੇ ਦੇਸ਼ ਵਿੱਚ ਵੀ ਉਹਨੇ ਪਿਛਲੇ 2 ਮਹੀਨਿਆਂ ਤੋਂ ਦਸਤਕ ਦਿੱਤੀ ਹੋਈ ਆ ਅਤੇ ਅੱਜ ਉਹ ਭਿਅੰਕਰ ਰੂਪ ਧਾਰਨ ਕਰ ਰਹੀ ਆ। ਪਿਛਲੇ ਦਿਨੀ ਸਾਡੇ ਜਲੰਧਰ ਜ਼ਿਲ੍ਹੇ ਵਿੱਚ ਕਾਫੀ ਕੇਸ ਨਿਕਲ ਆਏ ਆ, ਸਾਡੇ ਗੁਆਂਢਲੇ ਸ਼ਹਿਰ ਸ਼ਾਹਕੋਟ ਵਿੱਚ 2-3 ਕੇਸ ਨਿਕਲ ਆਏ ਹੋਏ ਆ। ਇਸ ਤੋਂ ਚਿੰਤਤ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਅਤੇ ਪਾਸੀ ਬ੍ਰਦਰ ਜਗਤ ਸੁੱਖ ਲੁਧਿਆਣੇ ਵਾਲੇ ਇਹ ਸਾਰਿਆਂ ਵੀਰਾਂ ਨੇ ਸਹਿਯੋਗ ਦੇ ਨਾਲ ਅੱਜ ਆਪਾਂ ਮਹਿਤਪੁਰ ਕਸਬੇ ਵਿੱਚ ਸੈਨੀਟਾਈਜ਼ਰ ਕਰਨ ਵਾਸਤੇ ਇਕੱਠੇ ਹੋਏ ਹਾਂ ਅਤੇ ਇਹ ਸੇਵਾ ਕੀਤੀ ਜਾ ਰਹੀ ਹੈ। ਸੇਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ ਔਰ ਸਾਰਿਆਂ ਵੀਰਾਂ ਨੂੰ ਸਾਡੀ ਬੇਨਤੀ ਆ ਕਿ ਆਪਾਂ ਜਿਹੜੀਆਂ ਸਰਕਾਰ ਨੇ ਹਦਾਇਤਾਂ ਕੀਤੀਆਂ ਸੀਗੀਆਂ ਉਦੋਂ ਸ਼ਾਇਦ ਅਸੀਂ ਵੀ ਸਸਤੇ ਵਿੱਚ ਲਿਆ ਅਤੇ ਸਰਕਾਰ ਨੇ ਵੀ ਕਾਹਲੀ ਵਿੱਚ ਇਹ ਗੱਲ ਕਰ ਲਈ। ਅੱਜ ਆਪਾਂ ਨੂੰ ਸਾਰਿਆਂ ਨੂੰ ਸੋਸ਼ਲ ਡਿਸਟੈਂਸ ਵੀ ਰੱਖਣਾ ਚਾਹੀਦਾ ਅਤੇ ਘਰੋਂ ਵੀ ਉਦੋਂ ਹੀ ਨਿਕਲਣਾ ਚਾਹੀਦਾ ਜਦੋਂ ਜ਼ਰੂਰਤ ਹੋਵੇ ਅਤੇ ਇਹ ਜਿਹੜੀ ਗੱਲ ਆ ਇਹਦੇ ਵਾਸਤੇ ਅਸੀਂ ਤਤਪਰ ਹਾਂ। ਜਦੋਂ ਵੀ ਤੁਸੀਂ ਆਵਾਜ਼ ਮਾਰੋਗੇ ਫਿਰ ਵੀ ਆਪਾਂ ਹਾਜ਼ਰ ਹੋਵਾਂਗੇ, ਪਰ ਹੁਣ ਮੇਰੇ ਪੰਜਾਬੀ ਵੀਰੋ ਸਰਕਾਰ ਨੇ ਦੇਸ਼ ਬਚਾਉਣ ਦੀ ਗੱਲ ਕਰ ਲਈ ਹੋਈ ਆ, ਲੋਕਾਂ ਨੂੰ ਰੱਬ ਦੇ ਹਵਾਲੇ ਕੁਦਰਤ ਦੇ ਹਵਾਲੇ ਛੱਡ ਦਿੱਤਾ, ਹੁਣ ਸਾਡੀ ਜ਼ਿੰਮੇਵਾਰੀ ਆ ਵੀ ਅਸੀਂ ਬਚਣਾ ਕਿਵੇਂ ਆ। ਆਓ ਇਹ ਸਾਰੇ ਉਪਰਾਲੇ ਜਿਹੜੇ ਹੈਗੇ ਆ ਦਰਜਾ ਬਦਰਜਾ ਵੀਰ ਇਕੱਠੇ ਹੋ ਕੇ ਕਰੀਏ ਅਤੇ ਵਿਸ਼ੇਸ਼ ਧੰਨਵਾਦ ਪਾਸੀ ਬ੍ਰਦਰ ਜਗਤ ਸੁੱਖ ਇੰਡਸਟਰੀ ਵਾਲਿਆਂ ਦਾ ਜਿਨ੍ਹਾਂ ਨੇ ਇਹ ਮਸ਼ੀਨ ਸੇਵਾ ਵਾਸਤੇ ਦਿੱਤੀ। 3 ਦਿਨ ਇਹ ਆਪਣੇ ਇਲਾਕੇ ਵਿੱਚ ਰਹੀ ਆ, ਲੋਹੀਆਂ, ਮਲਸੀਆਂ, ਸ਼ਾਹਕੋਟ, ਸੁਲਤਾਨਪੁਰ ਲੋਧੀ ਅਤੇ ਡੱਲਾ ਸਾਹਿਬ ਅਤੇ ਅੱਜ ਮਹਿਤਪੁਰ। ਸੋ ਅੱਜ ਸਾਡੀ ਟੀਮ ਦੇ ਇੱਥੇ ਸਰਦਾਰ ਕੁਲਦੀਪ ਸਿੰਘ ਜੀ, ਚੰਦੀ ਆਰ ਜੀ ਟੈਕਟ, ਮਾਸਟਰ ਅਜੀਤ ਸਿੰਘ ਜੀ, ਮਹਿੰਦਰ ਸਿੰਘ ਜੀ ਨੰਗਲੰਬੀਆਂ ਅਤੇ ਹੋਰ ਸਾਰੇ ਵੀਰ, ਸੋਨੂ ਵੀਰ ਜੀ, ਸਾਰਿਆਂ ਵੀਰਾਂ ਨੇ ਇੱਥੇ ਸਹਿਯੋਗ ਦੇ ਰਿਹਾ ਨਾਲ, ਸਾਰਿਆਂ ਵੀਰਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।